ਅੱਜ 4:00 ਕੁਛ ਮਿੰਟ ਦਾ ਇੱਕ ਵਾਕਿਆ ਹੋਇਆ ਵਾ ਇੱਥੇ ਜੂਲੀ ਸ਼ੋਪ ਦੇ ਉੱਤੇ। 2 ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ। ਉਹਨਾਂ ਨੇ ਆ ਕੇ ਜਿਹੜੇ ਸੀਗੇ ਇੱਥੇ ਇਹਨਾਂ ਦੇ ਓਨਰ ਸੀਗੇ, ਉਹਨਾਂ ਦੇ ਨਾਲ ਸਕਲਪ ਕੀਤੀ ਹੈ ਅਤੇ ਉਹਨਾਂ ਦੇ ਨਾਲ ਇਹਨਾਂ ਨੇ ਡਾਕਰ ਮਾਰ ਕੇ ਉਹਨਾਂ ਦੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋਲ ਜਿਹੜੀ ਹੈ ਲੁੱਟ ਖੋਹ ਕਰਨ ਦੀ। ਅੱਜ 4:00 ਕੁਛ ਮਿੰਟ ਦਾ ਇੱਕ ਵਾਕਿਆ ਹੋਇਆ ਵਾ ਇੱਥੇ ਜੂਲੀ ਸ਼ੋਪ ਦੇ ਉੱਤੇ। 2 ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ। ਉਹਨਾਂ ਨੇ ਆ ਕੇ ਜਿਹੜੇ ਸੀਗੇ ਇੱਥੇ ਇਹਨਾਂ ਦੇ ਓਨਰ ਸੀਗੇ, ਉਹਨਾਂ ਦੇ ਨਾਲ ਸਕਲਪ ਕੀਤੀ ਹੈ ਅਤੇ ਉਹਨਾਂ ਦੇ ਨਾਲ ਇਹਨਾਂ ਨੇ ਡਾਕਰ ਮਾਰ ਕੇ ਉਹਨਾਂ ਦੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋਲ ਜਿਹੜੀ ਹੈ ਲੁੱਟ ਖੋਹ ਕਰਨ ਦੀ। ਔਰ ਇਹ ਸਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਸਾਨੂੰ ਕਾਫੀ ਕਲਿਊਜ਼ ਜਿਹੜੇ ਇਹਨਾਂ ਦੇ ਮਿਲ ਗਏ, ਬਹੁਤ ਜਲਦੀ ਇਹਨਾਂ ਨੂੰ ਟਰੇਸ ਕਰ ਰਹੇ ਹਾਂ। ਇਸ ਸੰਬੰਧ ਵਿੱਚ 379B ਦੇ ਵਿੱਚ ਅਸੀਂ ਜਿਹੜਾ ਪਰਚਾ ਥਾਣੇ ਸ਼ੈਡ ਦੇ ਵਿੱਚ ਦਰਜ ਕਰ ਲਿਆ ਹੈ। ਹਾਂਜੀ, ਦੇਖੋ ਜਿਹੜੇ ਜਿੰਨੇ ਵੀ ਓਪਰੇਸ਼ਨ ਗੱਲਾਂ ਹੈਗੀਆਂ ਉਹ ਮੈਂ ਤੁਹਾਡੇ ਨਾਲ ਇਸ ਟਾਈਮ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਸਾਡਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨੀਸ਼ੀਅਲ ਸਟੇਜਿਸ ਹੈਗੀ ਆ। ਇਹਨਾਂ ਮੇਰਾ ਕੇਸ ਖਰਾਬ ਹੋ ਸਕਦੇ, ਸਾਡੇ ਉਹਨਾਂ ਨੂੰ ਲਿੰਕਸ ਜਿਹੜੇ ਹੈ ਕ੍ਰਿਮੀਨਲ ਨੂੰ ਮਿਲ ਸਕਦੇ, ਇਸ ਕਰਕੇ ਮੈਂ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਸਕਦਾ। ਮੇਰੇ ਕੋਲ ਹੈਗੇ ਲਿੰਕਸ ਹੈਗੇ ਨੇ ਪਰ ਬਹੁਤ ਜਲਦੀ ਇਹ ਕੇਸ ਜਿਹੜਾ ਹੈਗਾ ਟਰੇਸ ਕਰ ਲਿਆ ਜਾਏਗਾ। ਕਿੰਨੇ ਬੰਦੇ ਨੇ ਕੱਲ੍ਹ ਤੇ ਆਏ? 2 ਬੰਦੇ ਹੈਗੇ ਨੇ ਜਿਹੜੇ ਕੇਸ ਤੇ ਆਏ, ਕੇਸ ਤੇ ਨਹੀਂ ਆਏ ਉਹ ਮੈਂ ਚੀਜ਼ ਤੁਹਾਡੇ ਨਾਲ ਡਿਸਕਲੋਜ਼ ਨਹੀਂ ਇਸ ਸਟੇਜ ਤੇ ਕਰ ਸਕਦਾ। ਅੱਜ 4:00 ਦਾ ਇੱਕ ਵਾਕਿਆ ਹੋਇਆ ਵਾ ਇੱਥੇ ਜੂਲੀ ਸ਼ੋਪ ਦੇ ਉੱਤੇ। 2 ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ। ਉਹਨਾਂ ਨੇ ਆ ਕੇ ਜਿਹੜੇ ਸੀਗੇ ਇੱਥੇ ਇਹਨਾਂ ਦੇ ਓਨਰ ਸੀਗੇ, ਉਹਨਾਂ ਦੇ ਨਾਲ ਸਕਲਪ ਕੀਤੀ ਹੈ ਅਤੇ ਉਹਨਾਂ ਦੇ ਨਾਲ ਇਹਨਾਂ ਨੇ ਡਾਕਰ ਮਾਰ ਕੇ ਉਹਨਾਂ ਦੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋਲ ਜਿਹੜੀ ਹੈ ਲੁੱਟ ਖੋਹ ਕਰਨ ਦੀ। ਅੱਜ 4:00 ਮਿੰਟ ਦਾ ਇੱਕ ਵਾਕਿਆ ਹੋਇਆ ਵਾ ਇੱਥੇ ਜੂਲੀ ਸ਼ੋਪ ਦੇ ਉੱਤੇ। 2 ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ। ਉਹਨਾਂ ਨੇ ਆ ਕੇ ਜਿਹੜੇ ਸੀਗੇ ਇੱਥੇ ਇਹਨਾਂ ਦੇ ਓਨਰ ਸੀਗੇ, ਉਹਨਾਂ ਦੇ ਨਾਲ ਸਕਲਪ ਕੀਤੀ ਹੈ ਅਤੇ ਉਹਨਾਂ ਦੇ ਨਾਲ ਇਹਨਾਂ ਨੇ ਡਾਕਰ ਮਾਰ ਕੇ ਉਹਨਾਂ ਦੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋਲ ਜਿਹੜੀ ਹੈ ਲੁੱਟ ਖੋਹ ਕਰਨ ਦੀ। ਔਰ ਇਹ ਸਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਸਾਨੂੰ ਕਾਫੀ ਕਲਿਊਜ਼ ਜਿਹੜੇ ਇਹਨਾਂ ਦੇ ਮਿਲ ਗਏ, ਬਹੁਤ ਜਲਦੀ ਇਹਨਾਂ ਨੂੰ ਟਰੇਸ ਕਰ ਰਹੇ ਹਾਂ। ਇਸ ਸੰਬੰਧ ਵਿੱਚ 379B ਦੇ ਵਿੱਚ ਅਸੀਂ ਜਿਹੜਾ ਪਰਚਾ ਥਾਣੇ ਸ਼ੈਡ ਦੇ ਵਿੱਚ ਦਰਜ ਕਰ ਲਿਆ ਹੈ। ਹਾਂਜੀ, ਦੇਖੋ ਜਿਹੜੇ ਜਿੰਨੇ ਵੀ ਓਪਰੇਸ਼ਨ ਗੱਲਾਂ ਹੈਗੀਆਂ ਉਹ ਮੈਂ ਤੁਹਾਡੇ ਨਾਲ ਇਸ ਟਾਈਮ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਸਾਡਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨੀਸ਼ੀਅਲ ਸਟੇਜਿਸ ਹੈਗੀ ਆ। ਇਹਨਾਂ ਮੇਰਾ ਕੇਸ ਖਰਾਬ ਹੋ ਸਕਦੇ, ਸਾਡੇ ਉਹਨਾਂ ਨੂੰ ਲਿੰਕਸ ਜਿਹੜੇ ਹੈ ਕ੍ਰਿਮੀਨਲ ਨੂੰ ਮਿਲ ਸਕਦੇ, ਇਸ ਕਰਕੇ ਮੈਂ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਸਕਦਾ। ਮੇਰੇ ਕੋਲ ਹੈਗੇ ਲਿੰਕਸ ਹੈਗੇ ਨੇ ਪਰ ਬਹੁਤ ਜਲਦੀ ਇਹ ਕੇਸ ਜਿਹੜਾ ਹੈਗਾ ਟਰੇਸ ਕਰ ਲਿਆ ਜਾਏਗਾ। ਕਿੰਨੇ ਬੰਦੇ ਨੇ ਕੱਲ੍ਹ ਤੇ ਆਏ? 2 ਬੰਦੇ ਹੈਗੇ ਨੇ ਜਿਹੜੇ ਕੇਸ ਤੇ ਆਏ, ਕੇਸ ਤੇ ਨਹੀਂ ਆਏ ਉਹ ਮੈਂ ਚੀਜ਼ ਤੁਹਾਡੇ ਨਾਲ ਡਿਸਕਲੋਜ਼ ਨਹੀਂ ਇਸ ਸਟੇਜ ਤੇ ਕਰ ਸਕਦਾ। ਅੱਜ 4:00 ਦਾ ਇੱਕ ਵਾਕਿਆ ਹੋਇਆ ਵਾ ਇੱਥੇ ਜੂਲੀ ਸ਼ੋਪ ਦੇ ਉੱਤੇ। 2 ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ। ਉਹਨਾਂ ਨੇ ਆ ਕੇ ਜਿਹੜੇ ਸੀਗੇ ਇੱਥੇ ਇਹਨਾਂ ਦੇ ਓਨਰ ਸੀਗੇ, ਉਹਨਾਂ ਦੇ ਨਾਲ ਸਕਲਪ ਕੀਤੀ ਹੈ ਅਤੇ ਉਹਨਾਂ ਦੇ ਨਾਲ ਇਹਨਾਂ ਨੇ ਡਾਕਰ ਮਾਰ ਕੇ ਉਹਨਾਂ ਦੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋਲ ਜਿਹੜੀ ਹੈ ਲੁੱਟ ਖੋਹ ਕਰਨ ਦੀ। ਅੱਜ 4:00 ਦਾ ਇੱਕ ਵਾਕਿਆ ਹੋਇਆ ਵਾ ਇੱਥੇ ਜੂਲੀ ਸ਼ੋਪ ਦੇ ਉੱਤੇ। 2 ਬੰਦੇ ਜਿਹੜੇ ਸੀਗੇ ਅਜੇ ਕਸਟਮਰ ਬਣ ਕੇ ਆਏ ਨੇ। ਉਹਨਾਂ ਨੇ ਆ ਕੇ ਜਿਹੜੇ ਸੀਗੇ ਇੱਥੇ ਇਹਨਾਂ ਦੇ ਓਨਰ ਸੀਗੇ, ਉਹਨਾਂ ਦੇ ਨਾਲ ਸਕਲਪ ਕੀਤੀ ਹੈ ਅਤੇ ਉਹਨਾਂ ਦੇ ਨਾਲ ਇਹਨਾਂ ਨੇ ਡਾਕਰ ਮਾਰ ਕੇ ਉਹਨਾਂ ਦੇ ਕੋਸ਼ਿਸ਼ ਕੀਤੀ ਹੈ ਮਾਰ ਕੇ ਉਹਨਾਂ ਕੋਲ ਜਿਹੜੀ ਹੈ ਲੁੱਟ ਖੋਹ ਕਰਨ ਦੀ। ਔਰ ਇਹ ਸਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਸਾਨੂੰ ਕਾਫੀ ਕਲਿਊਜ਼ ਜਿਹੜੇ ਇਹਨਾਂ ਦੇ ਮਿਲ ਗਏ, ਬਹੁਤ ਜਲਦੀ ਇਹਨਾਂ ਨੂੰ ਟਰੇਸ ਕਰ ਰਹੇ ਹਾਂ। ਇਸ ਸੰਬੰਧ ਵਿੱਚ 379B ਦੇ ਵਿੱਚ ਅਸੀਂ ਜਿਹੜਾ ਪਰਚਾ ਥਾਣੇ ਸ਼ੈਡ ਦੇ ਵਿੱਚ ਦਰਜ ਕਰ ਲਿਆ ਹੈ। ਹਾਂਜੀ, ਦੇਖੋ ਜਿਹੜੇ ਜਿੰਨੇ ਵੀ ਓਪਰੇਸ਼ਨ ਗੱਲਾਂ ਹੈਗੀਆਂ ਉਹ ਮੈਂ ਤੁਹਾਡੇ ਨਾਲ ਇਸ ਟਾਈਮ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਸਾਡਾ ਜਿਹੜਾ ਹੈਗਾ ਚੱਲ ਰਿਹਾ ਹੈਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਨੀਸ਼ੀਅਲ ਸਟੇਜਿਸ ਹੈਗੀ ਆ। ਇਹਨਾਂ ਮੇਰਾ ਕੇਸ ਖਰਾਬ ਹੋ ਸਕਦੇ, ਸਾਡੇ ਉਹਨਾਂ ਨੂੰ ਲਿੰਕਸ ਜਿਹੜੇ ਹੈ ਕ੍ਰਿਮੀਨਲ ਨੂੰ ਮਿਲ ਸਕਦੇ, ਇਸ ਕਰਕੇ ਮੈਂ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਸਕਦਾ। ਮੇਰੇ ਕੋਲ ਹੈਗੇ ਲਿੰਕਸ ਹੈਗੇ ਨੇ ਪਰ ਬਹੁਤ ਜਲਦੀ ਇਹ ਕੇਸ ਜਿਹੜਾ ਹੈਗਾ ਟਰੇਸ ਕਰ ਲਿਆ ਜਾਏਗਾ। ਕਿੰਨੇ ਬੰਦੇ ਨੇ ਕੱਲ੍ਹ ਤੇ ਆਏ?
ਦੋ ਬੰਦੇ ਹੈਗੇ ਨੇ ਜਿਹੜੇ ਕਿਸੇ ਆਏ ਕਿਸੇ ਨਹੀਂ ਆਏ, ਉਹ ਮੈਂ ਚੀਜ਼ ਤੁਹਾਡੇ ਨਾਲ ਡਿਸਕਲੋਜ਼ ਨਹੀਂ ਇਸ ਸਟੇਜ 'ਤੇ ਕਰ ਸਕਦਾ।